सब तो पहला जी जसविंदर बराड़ नूं बहुत बहुत जी आया रेडियो स्पाइस वालों। तो कितनी खुशी की गल आ कि 15, 16, 17, 18 हज़ार किलोमीटर दूर ये कालियावाली तो चल के अज हेस्टिंग की धरती पर आए आ। पहला तो साडी सारी संगत वालों जी आया जी, बहुत बहुत जी आया। तो दूजा ये वो आवाज़ आ जिन्हों अखाड़िया की मलका कहा जाता, अखाड़िया की राणी कहा जाता। जे कुलदीप माणक तो किसी ने उच्ची हेक लाई है जो बराबर की हेक लाई जो चेता कराया कि वो साड़ी भैन हैगी जसविंदर बराड़। तो सब तो पहला मैं भैन जी उन्होंने बेनती करा उन्होंने जी आया कह जी। तो होर भैन जी कि साढ़े पिंड आके कि लगता जी? बहुत वधिया लगता। पहला तो मैं इस चीज़ की थोड़ी जी माफ़ी मांगती हूँ, थोड़ी क्यों काफ़ी सारी, क्योंकि कल शो सीगा लेट सुते ते लियाउण वालिआं दा कोई कसूर नहीं, सारा साडा उठण उठाउण च थोड़ा जिहा टाइम लग गया। तो पर थोड़ा प्यार देख के भी तुसीं हाले भी वेट कर रहे हो। सानूं पता जिद्दां जिथों तुसीं बलिंगटन तो आए हैं किन्नियां पहाड़ियां उच्चियां नीवियां तो आए, किड्डे वड्डे वड्डे पक्खे देखदे आए हैं, जरूर तुहानूं समां लगे होगा, तुसीं कोई लेट नहीं, ठीक है, कोई गल नहीं, ऐसी गल नहीं। तो जिद्दां दे पिंड चों आए हैं तुसीं उदां दा पिंड देख के तुहानूं किद्दां लगदा, साडे एरिया किद्दां लगा इह? मैं सच्ची दसां कहिंदे आबादियां हर सिस्टम उदों वधिया लगदा जिथे अपने होण, ते जिथे जिथे प्यार करन वाले ने साडे पंजाबी ने वो सानूं भावें टिब्बियां ते जदों टिब्बियां ते भी खाड़ा लाईदा ना उत्थे भी हरियाली नज़र लाउण, इह तां फिर वाकई खूबसूरत जगह। ते इक मैं थोड़ी जिही जानकारी वी दस दवां, जिद्दां सारी दुनिया चों न्यूजीलैंड पहले दूजे तीजे नंबर च सोहणा आ जी। अच्छा, सोहणा सुच्चा क्राइम तों सब तों वध वधिया गिणिया जांदा आ। ते जिहड़ा हेस्टिंग आ इह न्यूजीलैंड च पहले नंबर ते सोहणा आ जी। ਤੁਸੀਂ ਉਸ ਧਰਤੀ 'ਤੇ ਆਏ ਹਾਂ ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਸੋਹਣੀ ਧਰਤੀ ਆ, ਅਤੇ ਕਿਵੇਂ ਲੱਗ ਰਿਹਾ? ਦੇਖੋ ਸਾਹਮਣੇ ਸਾਹਮਣੇ ਸੋਹਣੀਆਂ ਸੋਹਣੀਆਂ ਮੁਟਿਆਰਾਂ ਖੜੀਆਂ ਸਾਡੀਆਂ, ਪੰਜਾਬਣਾਂ ਖੜੀਆਂ, ਪੰਜਾਬਣਾਂ ਖੜੀਆਂ ਹੈ ਨਾ ਜੀ। ਅਤੇ ਜਿੱਥੇ ਇੰਨੇ ਪਿਆਰ ਕਰਨ ਵਾਲੇ ਨੇ, ਬਾਕੀ ਮੈਨੂੰ ਇੰਨਾ ਨਹੀਂ ਪਤਾ ਸੀ ਵੀ ਮੈਂ ਐਵੇਂ ਕਹਿਦਾ ਸੀ ਵੀ ਸਾਨੂੰ ਮੈਂ ਵੀ ਇਹ ਉਹ ਜਗ੍ਹਾ ਜਿਹੜੀ ਦੁਨੀਆ ਦੀ ਖੂਬਸੂਰਤੀ ਦੀ ਮਿਸਾਲ ਹੈ, ਅਤੇ ਮੈਂ ਆਪਦੇ ਆਪ ਨੂੰ ਬੜਾ ਕਰਮਾਂ ਵਾਲੀ ਸਮਝਦੀ ਹਾਂ ਵੀ ਮੈਂ ਉਸ ਧਰਤੀ 'ਤੇ ਹਾਂ ਅਤੇ ਆਪਦੇ ਪਿਆਰ ਕਰਨ ਵਾਲੇ ਪੰਜਾਬੀਆਂ ਦੇ ਵਿੱਚ ਹਾਂ। ਅਤੇ ਥੈਂਕ ਯੂ ਭਾਜੀ ਤੁਹਾਡਾ ਅਤੇ ਸਾਰੇ ਰੇਡੀਓ ਸਪਾਈਸ ਸੁਣਨ ਵਾਲਿਆਂ ਨੂੰ ਜਸਵਿੰਦਰ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਹਾਂ ਜੀ ਹਾਂ ਜੀ। ਮਾੜੇ ਨੂੰ ਦਬਕਾਉਣਾ ਕਾਹਦਾ ਜੋ ਪਹਿਲਾਂ ਹੀ ਘਾਬਰਦਾ, ਮਾੜੇ ਨੂੰ ਦਬਕਾਉਣਾ ਕਾਹਦਾ ਜੋ ਪਹਿਲਾਂ ਹੀ ਘਾਬਰਦਾ, ਆਉਂਦਾ ਫਿਰ ਸਵਾਦ ਜੇ ਅੱਗਿਓਂ ਹੋਵੇ ਪੁੱਤ ਬਰਾਬਰ ਦਾ, ਹੋਵੇ ਪੁੱਤ ਬਰਾਬਰ ਦਾ। ਕਾਗਜ਼ੀ ਦੀ ਮਿੱਟੀ ਵਿੱਚ ਲਿਟੜੇ ਕਾਲਜ 'ਚ
ਟੁੱਟੇ ਕਾਲ ਵਿੱਚ ਪਿੰਡੀਆਂ ਦੇ ਸਿੰਘ ਫਸ ਗਏ ਤੂੰ ਕਮਾਂ ਤੇ ਪਿੱਟਣੇ ਉਹ ਭਤੀਜਾ ਇਹ ਭਤੀਜੀ ਭੂਆ ਦਾ ਕਹਿਣਾ ਮੁੜ ਸਕਦੀ ਬਿਲਕੁਲ ਨਹੀਂ ਬਣਦਾ ਬਣਦਾ ਵੀ ਤੂੰ ਤਾਂ ਸਾਡੀ ਘੇਰ ਨਹੀਂ ਕਰਦਾ ਜਾਏ ਬਸ ਪੈਰ ਨਹੀਂ ਕਰਦਾ ਤੂੰ ਤਾਂ ਸਾਡੀ ਘੇਰ ਨਹੀਂ ਕਰਦਾ ਜਾਏ ਬਸ ਪੈਰ ਨਹੀਂ ਕਰਦਾ ਮੈਂ ਹੀ ਤੇਰੇ ਪਿੱਛੇ ਪਿੱਛੇ ਆਉਂਦੀ ਆ ਮੈਂ ਹੀ ਤੈਨੂੰ ਫੋਨ ਮਿਲਾਉਂਦੀ ਆ ਮੈਂ ਹੀ ਤੇਰੇ ਪਿੱਛੇ ਪਿੱਛੇ ਆਉਂਦੀ ਆ ਮੈਂ ਹੀ ਤੈਨੂੰ ਫੋਨ ਮਿਲਾਉਂਦੀ ਆ ਸਾਡੇ ਤੇ ਤੂੰ ਮੇਰ ਨਹੀਂ ਕਰਦਾ ਵੀ ਤੂੰ ਤਾਂ ਸਾਡੀ ਘੇਰ ਨਹੀਂ ਕਰਦਾ ਚੱਲਦੇ ਸੋਡੇ ਦੀਆਂ ਬੋਤਲਾਂ ਦੇ ਕੰਟੀ
ਕੰਟੀਨ ਵਿੱਚ ਗਰਨੇਡ ਚੱਲਦੇ ਫੈਂਸੀਆਂ ਪੀਣੇ ਅੱਜ ਹਾਕੀਆਂ ਦਾ ਵਾਰ ਇੱਕ ਵੀ ਨਹੀਂ ਚੱਲਦੇ ਯਾਰ ਤੇਰੇ ਨੇ ਕਿੱਥੋਂ ਸਿੱਖ ਲਏ ਨਵੈਰੀ ਨੀ ਘੁਮਾ ਕੇ ਸਿੱਟਣੇ ਕਾਲਜ ਚ ਕੁੰਡੀਆਂ ਦੇ ਕਾਲਜ ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਧੁੱਪ ਬਾਤੇ ਪਿੱਟਣੇ ਸਵਾਲਿਆ ਨੀ ਮੁੰਡਿਆਂ ਦੀ ਖੈਰ ਨਹੀਂ ਜਿਹਦਾ ਡਰ ਸੀ ਹਾਏ ਨੀ ਜਿਹਦਾ ਡਰ ਸੀ ਮੂਲਾ ਉਹਦੀ ਪਾਲਿਆ ਨੀ ਮੁੰਡਿਆਂ ਦੀ ਖੈਰ ਨਹੀਂ ਕਾਲਾ ਸੱਪ ਰੱਖਿਆ ਸੂਟ ਤੇ ਸਵਾਲਿਆ ਨੀ ਮੁੰਡਿਆਂ ਦੀ ਖੈਰ ਨਹੀਂ ਕਾਲੀਆਂ ਨੇ ਸਹੇਲੀਆਂ ਦਿਲ ਡੰਗਣੇ ਨੂੰ ਕਾਲੀਆਂ ਨੇ ਸਹੇਲੀਆਂ ਸੱਪਣੀ ਦੇ ਬੱਚੇ ਕਾਲੀਆਂ ਨੇ ਸਹੇਲੀਆਂ ਦਿਲ ਡੰਗਣੇ ਨੂੰ ਕਾਲੀਆਂ ਨੇ ਸਹੇਲੀਆਂ ਬੜਾ ਬੱਚੇ ਅਸੀਂ ਸੋਹਣੀਏ ਬੜਾ ਬੱਚੇ ਬੜਾ ਤਾਈ ਮੁੰਡ ਪਾਲਿਆ ਨੀ ਮੁੰਡਿਆਂ ਦੀ ਖੈਰ ਨਹੀਂ ਕਾਲਾ ਸੱਪ ਰੰਗਾ ਸੂਟ ਤੈ ਸਵਾਲਿਆ ਨੀ ਮੁੰਡਿਆਂ ਦੀ ਖੈਰ ਨਹੀਂ ਕਾਲਾ ਸੱਪ ਰੰਗਾ ਸੂਟ ਤੈ ਸਵਾਲਿਆ ਨੀ ਮੁੰਡਿਆਂ ਦੀ ਖੈਰ ਨਹੀਂ।